ले फिर आ गए सब राज्य खुश है। तेरा तो कहा लगता था कि नहीं लौटेंगे। सत श्री अकाल जी, स्वागत करते हैं थोड़ा अपना एक होर नवे ब्लॉग च। उम्मीद करता सब ठीक होंगे ते अपना भी वधिया जी, काम चली चल रहा है ठीक ठाक बहुत वधिया। पहाड़ों के नज़ारे ले रहे हैं, पहाड़ों आए हुए हैं घूम है ना। ये आप अगे अगे वीडियो देख लो, थोड़ा आपे पता लग जाएगा कितने आए हुए हैं कितने नहीं। तो बाकी मेरा भीर जो नवा जुड़ा अपने नाल, कृपा चैनल सबसक्राइब कर दो, वीडियो में शेयर कर दो, तो वीडियो अगे कुछ भी चंगा माड़ा लगता है तो कमेंट करके जरूर दस्यो है ना, ता जो कोई चीज़ चंगी नहीं है उन्हों आप दूर कर सकी, तो जी चीज़ चंगी लगती है उन्होंने कंटिन्यू कर सकी है ना। तो आ जाओ बाकी करते हैं इंजॉय, तो रास्ता थानू दिखाना। ये वैसे थानू दस दिना ये मोरनी दे विच है, मोरनी हिल्स तिकड़ताल करके जगह पैंदी आ, उत्थे आया हुआ ये पिकअप लैके है ना। तो देखो इदा दा नज़ारा आया, हाँ पिछे लेक है सारी है ना। इतने खड़े हाँ हूँ, इतने कर रहे हैं इंजॉय, बदल होया होया, बाकी देखो हल्की हल्की बूंदा बारी लगी हुई है, तो नज़ारा आ रहा जी। पूरा मौसम पूरा ठंडा होया पिया, टाइम इस टाइम 9:30 का टाइम हो चुका है ना। तो वीडियो भी ऑलमोस्ट आते हुए मैं बनाई है ना। ओ फिलहाल इंजॉय करो तुसी, आ जाओ जी मिलते हैं बाकी अगे। ये रास्ते च खड़े हैं जी आप इस टाइम ना मोरनी दे, ते आ सामने पिछे जी मैं थोड़ा दिखावा, वो खड़ी है अपनी रानी सुंदरा है ना, नाल राइडर है अपने आ मोर ते ही खड़ा। आ देखो इदा का माहौल है कुछ पिछे जंगल, हल तो स्टार्ट होया है ना, बाकी तुहानू अगे दिखाना पहुँच के किवें दा है किवें दा नहीं। अपने पिछे यार देखो हूँ थोड़ा दिखाना मैं स्वर्ग जन्नत, पिछे राइडर खड़े अपने है ना, उत्थे वो भी इंजॉय कर रहे हैं व्यू, इत्थे भी खड़े आप। आ लो जी अद्धे रास्ते आप आ गए हैं मोरनी दे है ना, अद्धा का रास्ता होर बचा जा, इत्थे खड़े हैं व्यू पॉइंट ते है ना। हाँ देखो इदा का कुछ पिछे रास्ता आ रहा है, पिछो इदा का माहौल है।
ਜੇ ਅੱਧੇ ਰਸਤੇ ਪਹੁੰਚ ਗਏ ਆਪਾਂ, ਅੱਧਾ ਕੁ ਰਸਤਾ ਰਹਿ ਗਿਆ ਆ, ਹੈ ਨਾ, ਦਿਨ ਨਿਕਲਿਆ ਆ, ਅਤੇ ਇਹਦੀ ਡਿਟੇਲ ਮੈਂ ਤੁਹਾਨੂੰ ਦੱਸਣਾ ਵੀ ਮੈਂ ਕਿੰਨੇ 'ਚ ਆਇਆ ਇੱਥੇ, ਕਿੰਨੇ 'ਚ ਨਹੀਂ, ਕੀ ਕੁਛ ਹੈ ਕੀ ਕੁਛ ਨਹੀਂ, ਉਹ ਤੁਹਾਨੂੰ ਮੈਂ ਮੋਰਨੀ ਪਹੁੰਚ ਕੇ ਸਾਰੀ ਡਿਟੇਲ ਦੱਸਣਾ, ਹੈ ਨਾ। ਬਾਕੀ ਖੜ੍ਹੇ ਹਾਂ ਇਸ ਟਾਈਮ ਰੋਡ 'ਤੇ, ਰੁਕਦੇ ਰੁਕਦੇ ਜਾ ਰਹੇ ਹਾਂ ਜੀ, ਇੰਜੋਏ ਕਰਦੇ ਹੋਏ। ਹਾਂ ਲਓ ਜੀ, ਮੋਰਨੀ ਆਪਾਂ ਟੱਪਿਆ ਏ, ਹੈ ਨਾ, ਮੋਰਨੀ ਤੋਂ ਥੱਲੇ ਆ ਗਏ ਹਾਂ। ਹਾਲ ਡੈਸਟੀਨੇਸ਼ਨ ਤਾਂ ਪਹੁੰਚੋ, ਡੈਸਟੀਨੇਸ਼ਨ ਤਾਂ ਹੈ ਆਪਣੀ ਹਾਲ ਹੋਰ 4-5 ਕਿਲੋਮੀਟਰ, ਹੈ ਨਾ। ਉਹ ਪਿੱਛੇ ਖੜ੍ਹੀ ਆਪਣੀ ਰਾਣੀ ਸੁੰਦਰਾ, ਅਤੇ ਇੱਥੇ ਖੜ੍ਹੇ ਹਾਂ ਵਾਦੀਆਂ 'ਚ ਹੁਣ। ਪਰ ਇੱਕ ਗੱਲ ਹੈ ਜੀ, ਸੱਚ ਜਾਣਿਓ, ਸਵਾਦ ਪੂਰਾ ਆ ਰਿਹਾ ਇੱਥੇ, ਨਜ਼ਾਰਾ ਪੂਰਾ ਆ ਰਿਹਾ, ਮੌਸਮ ਬੜਾ ਠੰਡਾ ਹੋਇਆ ਪਿਆ ਜੀ। ਅਤੇ ਜੇ ਮੈਂ ਤੁਹਾਨੂੰ ਆਪਣੇ ਪਿੱਛੇ ਦਾ ਵਿਊ ਦਿਖਾਵਾਂ, ਅਤੇ ਆਹ ਦੇਖੋ ਜੀ, ਇੱਦਾਂ ਦਾ ਕੋਈ ਵਿਊ ਹੈ ਪਿੱਛੇ ਦਾ, ਦੇਖ ਲਓ। ਅਤੇ ਆਪਾਂ ਜਾਣਾ ਆ ਉਹ ਉੱਥੇ ਇੱਧਰ, ਆਹ ਸਾਹਮਣੇ ਲੇਕ ਦਿਖ ਰਹੀ ਹੈ ਨਾ, ਇੱਥੇ ਆਹ, ਇੱਥੋਂ ਬਾਏ ਰੋਡ ਇੱਧਰ ਉਤਰਦੇ ਹੋਏ ਜਾਵਾਂਗੇ। ਜਾਣਾ ਤਾਂ ਆਪਾਂ ਉੱਥੇ ਹੈ ਇਸ ਵਾਲੀ 'ਤੇ, ਮੇਨ 'ਤੇ, ਇਹ ਤਾਂ ਵੈਸੇ ਮੈਨ ਮੇਡ ਬਣਾਈ ਹੋਈ ਹੈ, ਉੱਥੇ ਜਾਣਾ। ਉਹਦੇ ਕੋਲ ਵਾਟਰਫੋਲ ਵੀ ਹੈਗਾ ਆ, ਹੈ ਨਾ, ਅਤੇ ਵਾਟਰਫੋਲ ਦਿਖਾਉਂਦਾ ਤੁਹਾਨੂੰ ਅੱਗੇ ਜਾ ਕੇ, ਅਤੇ ਦੇਖ ਲਓ। ਬਾਕੀ ਹਾਲ ਇੱਥੇ ਹੀ ਖੜ੍ਹਾ ਜਦੋਂ ਤੁਹਾਨੂੰ ਉਹ ਲੇਕ ਦੇ ਦਿਖਾਇਆ ਸੀ ਵਿਊ, ਅਤੇ ਆਹ ਦੇਖ ਲਓ ਆਹ ਮੋੜ ਦੇ ਪਿੱਛੇ ਦਾ ਵਿਊ ਹੈ, ਆਹ ਦੇਖੋ, ਇੱਥੇ ਆਪਾਂ ਹੀ ਹਾਂ ਬਸ। ਆਹ ਦੇਖੋ ਰੋਡ ਇੱਦਾਂ ਆ ਇੱਥੋਂ, ਆਹ ਦੇਖੋ ਪਿੱਛੇ। ਮੇਰਾ ਅੱਜ ਟਰਾਈਪੋਡ ਵੈਸੇ ਮੈਂ ਲੈ ਲਿਆ ਹੋਇਆ ਜੀ, ਟਰਾਈਪੋਡ ਘਰ ਰਹਿ ਗਿਆ, ਨਹੀਂ ਬੜੇ ਘੈਂਟ ਘੈਂਟ ਸ਼ੋਟ ਆਉਣੇ ਸੀ ਜੀ ਇੱਥੇ, ਹੈ ਨਾ। ਪਰ ਚਲੋ ਜਿਵੇਂ ਵੀ ਹੈ, ਜਿੰਨਾ ਕੁ ਹੋ ਪਾ ਰਿਹਾ ਜੀ ਉਹਨਾਂ ਕੁ ਕੋਸ਼ਿਸ਼ ਕਰ ਰਿਹਾ ਤੁਹਾਨੂੰ ਦਿਖਾ ਰਿਹਾ, ਹੈ ਨਾ। ਬਾਕੀ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦਾ ਲੱਗ ਰਿਹਾ ਆ, ਹੈ ਨਾ। ਆਪਾਂ ਦਾ ਨਜ਼ਾਰਾ ਪੂਰਾ ਆ ਰਿਹਾ ਇਸ ਟਾਈਮ, ਸਵੇਰ ਦੇ 9-9:30 ਵਜੇ ਦਾ ਟਾਈਮ ਹੋਇਆ ਹੋਇਆ ਜੀ, ਆਹ ਦੇਖ ਲਓ। ਹੁਣ ਇਸ ਟ੍ਰਿਪ 'ਤੇ ਸਵੇਰ ਦਾ 4 ਵਜੇ ਦਾ ਨਿਕਲਿਆ ਹੋਇਆ ਹਾਂ ਮੈਂ, ਨੋਨ ਸਟੋਪ 'ਤੇ ਸਾਰੀ ਰਾਤ ਗੱਡੀ ਚਲਾਈ ਆ, ਰੈਸਟ ਇੱਕ ਮਿੰਟ ਵੀ ਨਹੀਂ ਕੀਤੀ ਕੱਲ੍ਹ ਕੋਈ 9-9:30 ਵਜੇ ਦੀ, ਹੈ ਨਾ। ਅਤੇ ਆ ਜਾਓ, ਬਾਕੀ ਮਿਲਦੇ ਹਾਂ। ਆਹ ਦੇਖੋ ਕਰੋ ਪਿੱਛੇ ਦਾ ਵਿਊ ਇੰਜੋਏ, ਹੈ ਨਾ। ਅਤੇ ਇੱਥੋਂ ਦੇਖ ਲਓ ਆ ਲੋ ਲੇਕ, ਇਹ ਬੇਸਿਕਲੀ ਨਾ ਇਹ ਸਾਰੀ ਇੱਥੇ, ਇਹ ਦੋਨੋਂ ਹੀ ਲੇਕਸ, ਇਹ ਵਾਲੀ ਵੀ ਅਤੇ ਇਹ ਵਾਲੀ ਵੀ, ਇੱਧਰ ਵਾਲੀ, ਇਹ ਵੈਸੇ ਇਹਨੂੰ ਕਹਿ ਦਿੰਦੇ ਆਪਾਂ ਮੋਰਨੀ ਹਿਲਸ, ਵੈਸੇ ਮੋਰਨੀ ਹਿਲਸ ਜਿੰਨੀ ਹੈ ਇਹ ਹੈਗੀ ਹੈ ਜੀ ਤੁਹਾਡੀ ਤਿੱਕੜਤਾਲ ਦੇ, ਹੈ ਨਾ। ਜਿਹੜੀ ਇਹ ਵਾਲੀ ਲੇਕ ਹੈ ਨਾ, ਇਹ ਵਾਲੀ, ਇਹਦੇ ਬਿਲਕੁਲ ਓਪੋਸਾਈਡ ਸਾਈਡ ਵਾਟਰਫੋਲ ਹੈਗਾ ਆ, ਅਤੇ ਇਹਦੇ ਨਾਲ ਇਹ ਕੈਫੇ ਵਗੈਰਾ ਬਣੇ ਹੋਏ ਆ ਇੰਜੋਏ ਕਰਨ ਲਈ, ਉੱਥੇ ਖਾਣ ਪੀਣ ਲਈ, ਰਿਫਰੈਸ਼ ਹੋਣ ਲਈ, ਹੈ ਨਾ। ਅਤੇ ਆ ਜਾਓ, ਬਾਕੀ ਆ ਗਏ ਆ ਰਾਈਡਰ ਵੀ, ਉਹਨਾਂ ਨਾਲ ਚੱਲਦੇ ਹਾਂ ਆਪਾਂ, ਹੈ ਨਾ, ਅਤੇ ਜਾ ਕੇ ਤੁਹਾਨੂੰ ਦਿਖਾਉਣਾ ਕਿਵੇਂ ਦਾ। ਵੈਸੇ ਬਾਰਿਸ਼ ਹੋਈ ਹੋਈ ਹੈ, ਪਾਣੀ ਮਿਲਣਾ ਹੀ ਹੋਏਗਾ, ਪਰ ਫਿਰ ਵੀ ਦੇਖਦੇ ਹਾਂ ਜੀ ਕਿਵੇਂ ਦਾ, ਜੋ ਕੁਛ ਵੀ ਹੈ ਤੁਹਾਨੂੰ ਮੈਂ ਦਿਖਾਉਣਾ। ਹਾਂ ਲਓ ਜੀ, ਆਪਾਂ ਪਹੁੰਚ ਗਏ ਤਿੱਕੜਤਾਲ, ਹੈ ਨਾ, ਆ ਖੜ੍ਹੇ ਹਾਂ ਲੇਕ 'ਤੇ, ਅਤੇ ਆਪਣੇ ਨਾਲ ਦੇ ਰਾਈਡਰ ਬੋਟਿੰਗ ਕਰ ਰਹੇ, ਆਪਾਂ ਇੱਥੇ ਖੜ੍ਹੇ ਹਾਂ, ਵੇਟ ਕਰਦੇ ਹਾਂ, ਅਤੇ ਨਾਲੇ ਰੈਸਟ ਕਰ ਲੈਂਦੇ ਹਾਂ, ਹੈ ਨਾ, ਥੱਕ ਕੇ ਸਵੇਰ ਦੀ ਗੱਡੀ ਚਲਾ ਕੇ ਵੀ ਰੈਸਟ ਰੁਸਟ ਕਰਕੇ, ਕਿਉਂ ਫਿਰ ਇੱਥੇ ਨਿਕਲਣਾ ਵੀ ਹੈ, 2-3 ਘੰਟੇ ਜਾਂਦੇ ਹੋਏ ਵੀ ਲੱਗ ਜਾਣੇ ਆ 4, ਫਿਰ ਦੇਖਦੇ ਹਾਂ। ਬਾਕੀ ਆਹ ਦੇਖ ਲਓ, ਇੱਦਾਂ ਦਾ ਵਿਊ ਹੈ ਕੁਝ ਪਿੱਛੇ, ਆਹ ਦੇਖੋ, ਆਹ ਦੇਖ ਲਓ, ਬਾਕੀ ਟੂਰਿਸਟ ਵੀ ਆਏ ਹੋਏ ਇੱਥੇ, ਇੱਦਾਂ ਦਾ ਪਿੱਛੇ ਕੁਛ ਮਾਹੌਲ ਹੈ। ਆਹ ਲਓ ਜੀ, ਆਹ ਪਾਪਾ